ਜ਼ਾਤ ਦਾ ਮੋਚੀ, ਪਤਾ ਲੱਗਾ ਮੇਰੇ ਸ਼ਹਿਨਸ਼ਾਹ ਮੇਰੇ ਆਕਾ ਹਸਨ ਮੌਲਾ ਮੇਰੇ ਸ਼ਹਿਰ 'ਚ ਤਸ਼ਰੀਫ ਲਿਆ ਰਹੇ ਨੇ। ਦਿਲ ਕੀਤਾ ਮੈਂ ਵੀ ਸਰਕਾਰ ਨੂੰ ਕੋਈ ਨਜ਼ਰਾਨਾ ਪੇਸ਼ ਕਰਾਂ। ਬਾਜ਼ਾਰ ਜਾਂਦਾ ਅੱਛਾ ਜਿਹਾ ਚਮੜਾ ਲੈ ਕੇ ਸਰਕਾਰ ਲਈ ਇੱਕ ਜੁੱਤੀ ਤਿਆਰ ਕਰਦਾ। ਹਸਨ ਮੌਲਾ ਦਰਬਾਰ 'ਚ ਤਸ਼ਰੀਫ ਲਿਆਉਂਦੇ ਨੇ। ਲੋਕਾਂ ਨੇ ਪਲੈਨਿੰਗ ਦੇ ਮੁਤਾਬਿਕ ਹੀਰੇ ਜਵਾਹਰਾਤਾਂ ਦਾ ਭਰਿਆ ਹੋਇਆ ਥਾਲ ਹਸਨ ਮੌਲਾ ਨੂੰ ਪੇਸ਼ ਕਰਦੇ ਨੇ ਅਤੇ ਮੋਚੀ ਨੇ ਜੁੱਤੀ ਸਿਰ 'ਤੇ ਰੱਖੀ ਹੈ ਅਤੇ ਆ ਕੇ ਸਰਕਾਰ ਨੂੰ ਪੇਸ਼ ਕਰਦਾ ਅਤੇ ਹਸਨ ਮੌਲਾ ਫਰਮਾਉਂਦੇ ਨੇ, ਹੈ ਮੋਚੀ ਇਹ ਥਾਲ ਤੇਰਾ ਹੈ। ਲੋਕਾਂ ਨੇ ਕਿਹਾ, ਇਹ ਮੌਲਾ ਤੁਹਾਨੂੰ ਪਤਾ ਇਸ ਥਾਲ 'ਚ ਕੀ ਹੈ? ਅਤੇ ਮੌਲਾ ਫਰਮਾਉਂਦੇ ਨੇ, ਬੇਲੀਓ ਮੈਨੂੰ ਤਾਂ ਤੁਹਾਡੇ ਦਿਲਾਂ ਦਾ ਵੀ ਪਤਾ ਹੈ, ਤੁਹਾਡੇ ਦਿਲਾਂ 'ਚ ਕੀ ਹੈ? ਉਹ ਕਹਿਣ ਲੱਗੇ, ਇਹ ਮੌਲਾ ਤੁਸੀਂ ਇਹ ਹੀਰਾ ਜਵਾਹਰਾਤਾਂ ਦਾ ਭਰਿਆ ਹੋਇਆ ਥਾਲ ਇਸ ਮੋਚੀ ਨੂੰ ਦੇ ਦਿੱਤਾ ਅਤੇ ਮੋਚੀ ਲੋਕਾਂ ਨਾਲ ਮੁਖਾਤਬ ਹੋ ਕੇ ਕੀ ਗੱਲ ਕਰਦਾ? ਨਾ ਲੈ ਕੀ ਕਹਿੰਦੇ ਨੇ, ਮੌਲਾ ਤੁਸੀਂ ਮੋਚੀ ਨੂੰ ਹੀਰੇ ਜਵਾਹਰਾਤ ਦਾ ਥਾਲ ਦਿੱਤਾ, ਤੁਸੀਂ ਚੈੱਕ ਤਾਂ ਕਰੋ ਕਿ ਜੁੱਤੀ ਪੂਰੀ ਵੀ ਹੈ। ਅਤੇ ਮੋਚੀ ਬਹੁਤ ਗੁੱਸੇ ਜਲਾਲ ਚ ਆ ਕੇ ਅਤੇ ਲੋਕਲ ਦੇਖਦੇ ਹੋਇਆ ਕਹਿੰਦਾ, ਜਬ ਨਾਲੇ ਨੀ ਉਠਾਈ ਹੈ ਮੈਨੇ ਸਰ ਪੇ ਹਸਨ ਕੀ, ਜਬ ਨਾਲੇ ਨੀ ਉਠਾਈ ਹੈ ਨਾਲੇ ਨੀ ਹਸਨ ਕੀ। ਮੋਚੀ ਹੁਣ ਖੁਸ਼ੀ ਨਾਲ ਥਾਲ ਸਿਰ 'ਤੇ ਰੱਖ ਕੇ ਅਤੇ ਘਰ ਨੂੰ ਰਵਾਨਾ ਹੋਣ ਲੱਗਦਾ ਹੈ ਅਤੇ ਬਾਹਰ ਦੇ ਦਰਵਾਜ਼ੇ ਤੱਕ ਪਹੁੰਚਦਾ ਅਤੇ ਪਿੱਛੋਂ ਆਵਾਜ਼ ਆਉਂਦੀ ਹੈ, ਮੋਚੀ। ਅਤੇ ਮੋਚੀ ਪਲਟ ਕੇ ਵੇਖਦਾ ਅਤੇ ਸਰਕਾਰ ਫਰਮਾਉਂਦੇ ਨੇ, ਆਪਣੀ ਜੋਜਾਂ ਨੂੰ ਜਾ ਕੇ ਸਾਡਾ ਸਲਾਮ ਕਹੀਂ। ਅਤੇ ਮੋਚੀ ਉਸ ਥਾਲ ਨੂੰ ਉੱਥੇ ਰੱਖ ਕੇ ਅਤੇ ਭੱਜਿਆ ਘਰ ਜਾਂਦਾ ਅਤੇ ਖੁਸ਼ੀ ਨਾਲ ਜਾ ਕੇ ਆਪਣੀ ਬੀਵੀ ਨੂੰ ਪੁੱਛਦਾ, ਕਿਹੜਾ ਐਸਾ ਅਮਲ ਕੀਤਾ ਜੀ ਕਿ ਰਸੂਲ ਦੇ ਪੁੱਤਰ ਨੇ ਤੈਨੂੰ ਸਲਾਮ ਭੇਜਿਆ? ਅਤੇ ਉਹਦੀ ਬੀਵੀ ਖੁਸ਼ ਹੋ ਕੇ ਕੀ ਕਹਿੰਦੀ ਹੈ, ਸਲਾਮ ਮਾਲਾ ਕੀ ਆਈ।
के नहा लें।